ਦੁਪਹਿਰ ਦਾ ਖਾਣਾ ਖਤਮ ਹੋਣ ਤੋਂ ਬਾਅਦ ਫਿਰ ਉਹੀ ਸਿਰਜਣਾਤਮਕ ਪਲ, ਉਹੀ ਸਿਰਜਣਾ ਦੀਆਂ ਗੱਲਾਂ, ਆਪਣੇ ਮਨ ਦੀਆਂ ਗੱਲਾਂ, ਦਿਲ ਦੀ ਤਹਿ ਦੇ ਵਿੱਚੋਂ ਨਿਕਲੀਆਂ ਗੱਲਾਂ, ਆਪਣੀ ਕਵਿਤਾ ਦੀਆਂ ਗੱਲਾਂ ਅਤੇ ਮੁਹੱਬਤਗਿਰੀ ਵਰਗੀਆਂ ਗੱਲਾਂ ਕਰਨ ਲਈ ਅਸੀਂ ਫਿਰ ਦੁਬਾਰਾ ਤੋਂ ਪਹਿਲਾਂ ਵਾਲੀ ਥਾਂ ਉੱਤੇ ਇੱਕ ਦੂਜੇ ਦੇ ਖੂਬਸੂਰਤ ਚਿਹਰਿਆਂ ਦੇ ਸਾਹਮਣੇ ਬੈਠੇ ਹਾਂ, ਇੱਕ ਦੂਜੇ ਨੂੰ ਨਿਹਾਰ ਰਹੇ ਹਾਂ। ਅਤੇ ਇਹਨਾਂ ਨਿਹਾਰ ਦੇ ਚਿਹਰਿਆਂ ਵਿੱਚੋਂ ਮੇਰੇ ਨਾਲ ਹਾਜ਼ਰ ਨੇ ਡਾਕਟਰ ਬਿਕਰਮਜੀਤ। ਬਿਕਰਮਜੀਤ ਜਿਨ੍ਹਾਂ ਦਾ ਕਾਵਿ ਸੰਗ੍ਰਹਿ ਸ਼ੀਸ਼ਾ ਸੁਪਨਾ ਮਹਿਲ ਛਪਿਆ, ਉਹ ਬੜੀ ਸ਼ਿੱਦਤ ਨਾਲ ਇੱਥੇ ਲੈ ਕੇ ਵੀ ਆਏ ਅਤੇ ਉਸ ਨੂੰ ਬੜੀ ਸ਼ਿੱਦਤ ਨਾਲ ਉਹਦੇ ਵਿੱਚ ਉਹਨਾਂ ਨੇ ਨਜ਼ਮਾਂ ਵੀ ਪੜ੍ਹਨੀਆਂ ਸਨ, ਪਰ ਉਹ ਕਿਸੇ ਵਧੀਆ ਪਾਠਕ ਦੇ ਹੱਥ ਲੱਗ ਗਿਆ ਅਤੇ ਸ਼ਾਇਦ ਭੁਲੇਖੇ ਨਾਲ ਉਹਨਾਂ ਦੇ ਨਾਲ ਚਲਿਆ ਗਿਆ। ਲੇਕਿਨ ਉਹਨਾਂ ਕੋਲ ਕਵਿਤਾਵਾਂ ਨੇ, ਉਹਨਾਂ ਕੋਲ ਖਿਆਲ ਨੇ, ਉਹ ਇਸ ਵੇਲੇ ਅੱਖਰ ਦੇ ਸਿਰਜਣ ਧਾਰਾ ਦੇ ਨਾਲ, ਅੱਖਰ ਦੀ ਟੀਮ ਦੇ ਨਾਲ, ਅੱਖਰ ਦੇ ਰਹਿਮਨੁਮਾ ਬਣ ਕੇ ਪੂਰੀ ਦੀ ਪੂਰੀ ਟੀਮ ਦੇ ਨਾਲ ਜੁੜੇ ਹੋਏ ਨੇ। ਅੱਖਰ ਨੂੰ ਵਧੀਆ ਮੈਗਜ਼ੀਨ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਅੱਖਰ ਨੂੰ ਸਦਾ ਲਈ ਚੱਲਦਾ ਰੱਖਣ ਦੀ ਉਹਨਾਂ ਨੇ ਕਸਮ ਖਾਧੀ ਹੋਈ ਹੈ। ਸਾਡੇ ਵਿੱਚ ਮੁਹੱਬਤਾਂ ਹੋਣ, ਸਾਡੇ ਵਿੱਚ ਤਕਰਾਰ ਹੋਣ, ਪਰ ਅੱਖਰ ਕਦੇ ਵਾਸਤੇ ਵੀ ਬੰਦ ਨਹੀਂ ਹੋਏਗਾ। ਇਹ ਉਹਨਾਂ ਨੇ ਅੱਜ ਮੇਰੇ ਨਾਲ ਵਾਅਦਾ ਕੀਤਾ ਅਤੇ ਉਹ ਬਿਕਰਮਜੀਤ ਹੁਣ ਆਪਣੀ ਕਵਿਤਾ ਲੈ ਕੇ ਆਪਣੀਆਂ ਗੱਲਾਂ ਕਰਨ ਲਈ ਸਾਡੇ ਨਾਲ ਹਾਜ਼ਰ ਨੇ। ਬਿਕਰਮਜੀਤ ਜੀ, ਕਿਸੇ ਖੂਬਸੂਰਤ ਕਵਿਤਾ ਤੋਂ ਆਪਣੀ ਗੱਲ ਸ਼ੁਰੂ ਕਰੋ ਅਤੇ ਉਸ ਤੋਂ ਪਿੱਛੋਂ ਆਪਣੇ ਮਨ ਦੀਆਂ ਗੱਲਾਂ। ਦੋਸਤੋ, ਮੰਚ 'ਤੇ ਬਿਰਾਜਮਾਨ ਅਤੇ ਸਾਹਮਣੇ ਬੈਠੇ ਮੇਰੇ ਅਦੀਬ ਦੋਸਤੋ, ਭਾਵੇਂ ਹੋਵੇ ਚੁੱਪ ਉਦਾਸੀ, ਭਾਵੇਂ ਹੋਵੇ ਚੁੱਪ ਉਦਾਸੀ, ਹਨੇਰਾ ਸੰਘਣੀ ਗਹਿਰ ਪਰ ਸਾਹਾਂ ਵਿੱਚ ਲਰਜਦੇ ਸ਼ੀਸ਼ਾ ਸੁਪਨਾ ਲਹਿਰ। ਮੈਂ ਇਸ ਤੋਂ ਬਾਅਦ ਇੱਕ ਆਪਣੀ ਨਜ਼ਮ ਤੁਹਾਡੇ ਨਾਲ ਸਾਂਝੀ ਕਰ ਰਿਹਾ। ਨਜ਼ਮ ਹੈ ਜੀ ਸਫ਼ਰ 'ਤੇ ਯਾਦ। ਤੁਰਦਾ ਰਿਹਾ ਨਿਰੰਤਰ ਕਦੇ ਔਜੜ ਕਦੇ ਆਸਾਨ ਰਾਹਾਂ 'ਤੇ, ਤੁਰਦਾ ਰਿਹਾ ਨਿਰੰਤਰ ਕਦੇ ਔਜੜ ਕਦੇ ਆਸਾਨ ਰਾਹਾਂ 'ਤੇ, ਤੁਰਦੀ ਰਹੀ ਨਾਲ ਮੇਰੇ ਯਾਦ ਤੇਰੀ, ਤੁਰਦੀ ਰਹੀ ਮੇਰੇ ਨਾਲ ਯਾਦ ਤੇਰੀ। ਹਰ ਸਫ਼ਰ ਸੁਖਾਲਾ ਹੋ ਜਾਂਦਾ ਰਿਹਾ, ਹਰ ਮੁਸ਼ਕਲ ਆਸਾਨ ਹੋ ਜਾਂਦੀ ਰਹੀ। ਤੇਰੀ ਯਾਦ ਦੀ ਸਤਰੰਗੀ, ਤੇਰੀ ਯਾਦ ਦੀ ਸਤਰੰਗੀ ਮੇਰੇ ਹਰ ਸਫ਼ਰ ਨੂੰ ਰੰਗੀਨ ਕਰਦੀ ਰਹੀ। ਤੇਰੀ ਯਾਦ ਦੀ ਸਤਰੰਗੀ ਮੇਰੇ ਹਰ ਸਫ਼ਰ ਨੂੰ ਰੰਗੀਨ ਕਰਦੀ ਰਹੀ। ਕਿਸੇ ਆਪਣੇ ਦੀ ਯਾਦ ਸੰਗ ਸਾਥ ਹੋਵੇ ਤਾਂ ਹਰ ਸਫ਼ਰ ਦੀ ਨੁਹਾਰ ਬਦਲ ਜਾਂਦੀ। ਤੁਰਦਿਆਂ ਹੋਇਆਂ ਕਈ ਪਲ ਅਜਿਹੇ ਵੀ ਆਏ, ਕਦਮ ਰੁਕ ਗਏ, ਪੈਂਡੇ ਉਲਾਮੇ ਦੇਣ ਲੱਗੇ, ਪਰ ਉਸੇ ਪਲ ਤੇਰੀ ਯਾਦ ਨੇ ਮੇਰੇ ਰੁਕੇ ਪੈਰਾਂ 'ਚ ਸਫ਼ਰ ਦੀ ਲਾਲਸਾ ਭਰ ਦਿੱਤੀ। ਮੈਂ ਫਿਰ ਤੁਰ ਪੈਂਦਾ ਰਿਹਾ, ਮੰਜ਼ਲਾਂ ਦੇ ਨਕਸ਼ ਹੋਰ ਗੂੜੇ ਹੁੰਦੇ ਗਏ, ਮੇਰੇ ਪੈਰਾਂ 'ਚ ਸਫ਼ਰ ਸਦਾ ਰੁਮਕਦਾ ਰਹੇ, ਤੇਰੀ ਯਾਦ ਮੇਰੇ ਨਾਲ ਤੁਰਦੀ ਰਹੇ।
ਵਾਹ ਜੀ, ਬੜੀ ਹੀ ਖੂਬਸੂਰਤ ਨਜ਼ਮ। ਤੇਰੀ ਯਾਦ ਮੇਰੇ ਨਾਲ ਤੁਰਦੀ ਤੁਰਦੀ ਰਹੀ। ਅਤੇ ਜਿਸ ਸਮਾਗਮ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਹਾਂ, ਮੈਨੂੰ ਲੱਗਦਾ ਇਸ ਸਮਾਗਮ ਦੀਆਂ, ਇਸ ਸਿਰਜਣ ਧਾਰਾਂ ਦੀਆਂ ਯਾਦਾਂ ਵੀ ਬਹੁਤ ਦੇਰ ਤੱਕ ਸਾਡੇ ਨਾਲ ਰਹਿਣਗੀਆਂ। ਅਤੇ ਘੱਟੋ ਘੱਟ ਉਦੋਂ ਤੱਕ ਤਾਂ ਬਿਲਕੁਲ ਰਹਿਣਗੀਆਂ ਜਦੋਂ ਤੱਕ ਅਸੀਂ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਨਵਾਂ ਇਹੋ ਜਿਹਾ ਖੂਬਸੂਰਤ ਸੰਵਾਦ ਰਚਾਉਣ ਦੀ ਕੋਈ ਨਾ ਕੋਈ ਫੇਰ ਤਰੀਕ ਮਿਥਲਾਵਾਂਗੇ। ਅਤੇ ਮੈਂ ਡਾਕਟਰ ਬਿਚਰਜੀਤ ਨੂੰ ਪਹਿਲਾਂ ਪੁੱਛਣਾ ਚਾਹੁੰਦਾ ਕਿ ਉਹ ਕਿਹੜੇ ਕਿਹੜੇ ਦੋਸਤਾਂ ਦਾ ਸੰਗ ਸਾਥ ਸੀ ਕਿ ਜਿਨ੍ਹਾਂ ਦੀ ਸੰਗਤ ਹੰਡਾਉਂਦਿਆਂ ਹੋਇਆਂ ਤੁਹਾਨੂੰ ਉਹ ਇੱਕ ਸੁਪਨਾ ਪੂਰਾ ਕਰਨ ਦੇ ਲਈ ਤੁਸੀਂ ਅੱਖਰ ਨੂੰ ਸਦਾ ਲਈ ਜਿਉਂਦਾ ਰੱਖਣ ਦਾ ਪ੍ਰਣ ਲਿਆ? ਦਰਵੇਸ਼ ਜੀ, ਅੱਖਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੀ ਸਿਰਜਣਾਤਮਕ ਰਚਨਾ ਜਿਹੜਾ ਕਿ ਮੇਰਾ ਸੰਗ੍ਰਹਿ ਸੁਪਨਾ ਸ਼ੀਸ਼ਾ ਲਹਿਰ ਆਇਆ ਸੀ, ਉਹ ਉਹਨਾਂ ਦਿਨਾਂ ਦੇ ਵਿੱਚ ਪਰਮਿੰਦਰ ਜੀਤ ਹੁਣਾਂ ਦੀ ਪੁਸਤਕ ਤਨ ਤੱਕੀਆ ਅੰਮ੍ਰਿਤਸਰ ਵਿਖੇ, ਇਹ ਸਾਡੀਆਂ ਮੈਨੂੰ ਸੁਭਾਗ ਸੀ ਕਿ ਉਹਨਾਂ ਦੀ ਪੁਸਤਕ ਦੇ ਨਾਲ ਮੇਰੀ ਪੁਸਤਕ ਜਿਹੜੀ ਸੁਪਨਾ ਸ਼ੀਸ਼ਾ ਲਹਿਰ ਸੀ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਮੇਰੇ ਜਿਹੜੇ ਸਿਰਜਣਾਤਮਕ ਪਲ ਹੈਗੇ ਆ, ਮੈਂ ਵੀ ਕਵਿਤਾ ਕਿਉਂ ਲਿਖਦਾ, ਕਿਵੇਂ ਲਿਖਦਾ, ਵੀ ਮੇਰੇ ਮਨ ਵਿੱਚ ਕੀ ਆਇਆ ਵੀ ਮੈਂ ਇਸ ਪਾਸੇ ਨੂੰ ਚੱਲਾਂ, ਮੈਂ ਉਹਦੇ ਬਾਰੇ ਤੁਹਾਨੂੰ ਕੁਛ ਸਾਰਿਆਂ ਨੂੰ ਦੱਸਣਾ ਚਾਹਾਂਗਾ। ਕਿਉਂਕਿ ਮੈਂ ਪੇਸ਼ੇ ਦੇ ਵਜੋਂ ਇੱਕ ਡਾਕਟਰ ਹਾਂ, ਮੇਰਾ ਕਿੱਤਾ ਜਿਹੜਾ ਹੈਗਾ ਮਨੁੱਖੀ ਬਿਮਾਰੀਆਂ, ਬੱਚਿਆਂ ਦੀਆਂ ਬਿਮਾਰੀਆਂ, ਉਹਨਾਂ ਦਵਾਈਆਂ ਲਿਖਣਾ ਅਤੇ ਇਹਦੇ ਨਾਲ ਹੈ। ਸਿਰਜਣਾਤਮਕ ਮਾਹੌਲ ਜਾਂ ਸਾਹਿਤਕ ਮਾਹੌਲ ਜਿਹੜਾ ਤੁਸੀਂ ਕਹਿ ਸਕਦੇ ਆ ਮੇਰੇ ਖੂਨ ਵਿੱਚ ਸੀਗਾ, ਇਸ ਕਰਕੇ ਮੈਨੂੰ ਹੋ ਸਕਦਾ ਵੀ ਇੱਧਰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਈ। ਉਸ ਦੀ ਗੱਲ ਇਸ ਤਰ੍ਹਾਂ ਹੈਗੀ ਵੀ ਜਦੋਂ ਮੈਂ ਪਲੱਸ ਵਨ ਜਾਂ ਪਲੱਸ ਟੂ ਦਾ ਵਿਦਿਆਰਥੀ ਸੀ ਅਤੇ ਸਾਡੇ ਘਰ ਅੰਮ੍ਰਿਤਸਰ ਡਾਕਟਰ ਕੁਲਵੰਤ ਮੇਰੇ ਚਾਚਾ ਜੀ ਅਤੇ ਡਾਕਟਰ ਕਰਨੈਲ ਸ਼ੇਰਗਿੱਲ, ਜਿਹੜੇ ਕਿ ਆਮ ਤੌਰ 'ਤੇ ਕਹਾਣੀਆਂ ਦੇ ਨਾਂ ਨਾਲ ਮਸ਼ਹੂਰ ਹੋਏ ਸੀਗੇ, ਡਾਕਟਰ ਕਰਨੈਲ ਸ਼ੇਰਗਿੱਲ ਨੇ ਆਪਣੀ ਪੰਦਰਵਾਂ ਲਾਲ ਰੈੱਡ ਕਰੋਸ ਜਿਹੜੀ ਕਿਤਾਬ ਉਹ ਦਿੱਤੀ ਸਾਹਿਤ ਨੂੰ, ਅਤੇ ਡਾਕਟਰ ਕੁਲਵੰਤ ਸਿੰਘ ਜੋ ਕਿ ਬੱਚਿਆਂ ਦੇ ਡਾਕਟਰ ਸੀ, ਮਸ਼ਹੂਰ ਡਾਕਟਰ ਸੀਗੇ ਅੰਮ੍ਰਿਤਸਰ ਦੇ, ਉਹਨਾਂ ਨੇ ਆਪਣੇ ਦੋ ਕਹਾਣੀ ਸੰਗ੍ਰਹਿ ਕਾਲੀ ਰਾਤ ਦੇ ਬੋਲ ਅਤੇ ਸੁਪਨਾ ਸ਼ੀਸ਼ਾ ਲੈ ਉਹ ਖਤਮ, ਕਾਲੀ ਰਾਤ ਦੇ ਬੋਲ ਅਤੇ ਇੱਕ ਹੋਰ ਕਿਤਾਬ ਸੀ ਉਹ ਸਾਹਿਤ ਦੀ ਝੋਲੀ ਪਾਈ, ਇਹ ਸਾਰੀਆਂ ਕਹਾਣੀਆਂ ਦੀਆਂ ਕਿਤਾਬਾਂ ਸੀ। ਉਸ ਸਮੇਂ ਦੌਰਾਨ ਮੈਂ ਜਦੋਂ ਦੇਖਦਾ ਉੱਥੇ ਇਹਨਾਂ ਨੂੰ ਮਿਲਣ ਵਾਸਤੇ ਸ਼੍ਰੀ ਪਰਮਿੰਦਰ ਜੀਤ ਹੁਣਾਂ ਤੋਂ ਇਲਾਵਾ ਜਿਨ੍ਹਾਂ ਨੂੰ ਮੈਂ ਆਪਣਾ ਪਲੱਸ ਵਨ ਜਾਂ ਪਲੱਸ ਟੂ ਦੇ ਵਿੱਚ ਮਿਲਿਆ, ਉਹਨਾਂ ਦੇ ਵਿੱਚ ਪ੍ਰਮੁੱਖ ਸ਼ਾਇਰ ਆਪਣੇ ਡਾਕਟਰ ਮੋਹਨਜੀਤ, ਫਿਰ ਡਾਕਟਰ ਮਨਮੋਹਨ, ਡਾਕਟਰ ਜੋਗਿੰਦਰ ਕੈਰੋਂ, ਕਹਾਣੀਕਾਰ ਦਲਵੀਰ ਚੇਤਨ ਜੀ, ਉਹਦੇ ਤੋਂ ਬਾਅਦ ਫਿਰ ਜਿਹੜਾ ਬਾਕੀਆਂ ਇਹ ਅਕਸਰ ਸਾਡੇ ਘਰ ਆਉਂਦੇ ਰਹਿੰਦੇ, ਪਰਮਿੰਦਰ ਸੋਢੀ, ਉਹ ਜਿਹੜੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀ ਅਤੇ ਮੈਂ ਵੀ ਉਹਨਾਂ ਦੇ ਕੋਲ ਬੈਠ ਜਾਂਦਾ ਸੀ ਜਾ ਕੇ, ਅਤੇ ਮੈਂ ਵੀ ਫਿਰ ਸੋਚਿਆ ਵੀ ਮੈਂ ਕਿਸ ਦਿਨ ਅਜਿਹਾ ਕਦੀ ਲਿਖਾਂਗਾ ਕੁਛ, ਜਾਂ ਮੈਂ ਅਜਿਹਾ ਆਪਣੇ ਲਾਈਫ ਵਿੱਚ ਕਰ ਸਕਾਂਗਾ ਕਿ ਜਿਵੇਂ ਇਹ ਇੱਕ ਦੂਜੇ ਨਾਲ ਆਪਸ ਵਿੱਚ ਵਿਚਰਦੇ ਆ, ਕੀ ਮੈਂ ਵੀ ਕਦੀ ਇਹਨਾਂ ਦੇ ਨਾਲ ਵਿਚਰ ਸਕਾਂਗਾ। ਸੋ ਇਸ ਤੋਂ ਬਾਅਦ ਉਹਨਾਂ ਦਾ ਆਉਣਾ ਜਾਣਾ ਅਕਸਰ ਘਰ ਲੱਗਿਆ ਰਹਿੰਦਾ ਸੀ, ਅਤੇ ਉਹਦੇ ਤੋਂ ਬਾਅਦ ਮੇਰੀ ਜਿਹੜੀ ਆ, ਮੈਂ ਆਪਣੀ ਕੁਆਲੀਫਿਕੇਸ਼ਨ ਪੂਰੀ ਕਰਨ ਲਈ MBBS ਕਰਨ ਲਈ ਫਰੀਦਕੋਟ ਹੋ ਗਈ, ਉਹਨਾਂ ਸਮਿਆਂ ਦੇ ਵਿੱਚ ਇਹਨਾਂ ਤੋਂ ਮੇਰਾ ਥੋੜ੍ਹਾ ਟੁੱਟ ਗਿਆ ਨਾਤਾ। ਉਹਦੇ ਤੋਂ ਬਾਅਦ ਫਿਰ ਮੈਂ ਦੁਬਾਰਾ ਜਦੋਂ ਫਿਰ ਅੰਮ੍ਰਿਤਸਰ ਆਪਣੀ MBBS ਕੰਪਲੀਟ ਕਰਕੇ ਆਇਆ, ਉਹਨਾਂ ਸਮਿਆਂ ਦੇ ਦੌਰਾਨ ਫਿਰ ਡਾਕਟਰ ਕੁਲਵੰਤ
ਫਿਰ ਉਹਨਾਂ ਦੇ ਵਿੱਚ ਸਾਡੇ ਜਿਹੜੇ ਸ਼ਾਇਰ ਭੁਪਿੰਦਰ ਪ੍ਰੀਤ, ਡਾਕਟਰ ਅੰਬਰੀਸ਼, ਯਾਨੀ ਕਿ ਜਿੰਨੇ ਵੀ ਸਭੀ ਹੁਣੇ ਇੱਥੇ ਬੈਠੇ ਆ, ਫਿਰ ਵਿਸ਼ਾਲ ਆ, ਮੈਂ ਤੁਹਾਡੇ ਸਾਰਿਆਂ ਚਿਹਰਿਆਂ ਨੂੰ ਪਛਾਣਦਾ, ਅਰਸ਼ ਜੀ ਹੁਣੇ ਬੈਠੇ ਆ, ਅਵਤਾਰ ਜੀ ਹੁਣੇ ਬੈਠੇ ਆ, ਮੈਡਮ ਬੈਠੇ ਆ ਸਾਡੇ, ਹੁਣ ਇਹਨਾਂ ਨਾਲ ਮੁਲਾਕਾਤ ਹੋਣੀ ਆ। ਸੋ ਮੇਰੇ ਵਿੱਚ ਇਹੋ ਹੀ ਭਾਵਨਾ ਸੀ ਵੀ ਮੈਂ ਦੁਬਾਰਾ ਵਾਪਸ ਅੰਮ੍ਰਿਤਸਰ ਜਦੋਂ ਆ ਗਿਆ, ਉਦੋਂ ਫਿਰ ਡਾਕਟਰ ਕੁਲਵੰਤ ਦੀ 2000 ਵਿੱਚ ਕਿਤੇ ਕਾਰਨ ਡੈਥ ਹੋ ਗਈ। ਉਹਦੇ ਤੋਂ ਬਾਅਦ ਫਿਰ ਮੈਂ ਸਾਹਿਤਕ ਸਰਗਰਮੀਆਂ ਵਿੱਚ ਪ੍ਰੋਪਰ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਅਤੇ ਉਹ ਡਾਕਟਰ ਅਤੇ ਸਾਹਿਤ, ਇਹ ਮਤਲਬ ਕਿਸ ਤਰ੍ਹਾਂ ਤੁਹਾਡਾ ਇਹਦੇ ਨਾਲ ਕਵਿਤਾ ਨਾਲ, ਉਹ ਵੀ ਕਵਿਤਾ ਦੇ ਨਾਲ ਤੁਹਾਡਾ? ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਜਾਂ ਮੇਰਾ ਸਾਹਿਤਕ ਮਾਹੌਲ ਸ਼ੁਰੂ ਤੋਂ ਸੀ, ਬਚਪਨ ਤੋਂ ਸੀ, ਮੈਂ ਮਾਹੌਲ ਕਰਕੇ ਹੀ ਇਹਨੂੰ ਯਾਨੀ ਕਿ। ਪਰ ਇਹ ਹੈਗਾ ਵੀ ਮੈਨੂੰ ਸਵਾਲ ਇਹੋ ਕਈ ਕਰਦੇ ਹੈਗੇ ਆ ਵੀ ਤੁਸੀਂ ਡਾਕਟਰ ਹੈਗੇ ਆ, ਕਵਿਤਾ ਕਿੱਦਾਂ ਲਿਖਦੇ ਆ? ਪਰ ਮੈਂ ਕੋਈ ਸਪੈਸ਼ਲ ਕਵਿਤਾ ਲਿਖਣ ਲਈ ਨਹੀਂ ਬੈਠਦਾ, ਮੈਂ ਆਪਣੇ ਕੰਮ ਨੂੰ ਵੀ ਆਪਣੇ ਪ੍ਰੋਪਰ ਤਰੀਕੇ ਨਾਲ ਕਰਦਾ, ਜਿਹੜੀ ਮੇਰੀ ਉੱਧਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਨਿਭਾਉਂਦੇ ਹੋਏ ਨਾਲ ਮੈਂ ਸਾਹਿਤ ਦੀ ਸਿਰਜਣਾ ਕਰਦਾ। ਉਹ ਸਿਰਜਣਾਤਮਕ ਪਲ ਮੇਰੇ, ਜਾਂ ਮੈਂ ਜਦੋਂ ਕਾਰ ਡਰਾਈਵ ਕਰ ਰਿਹਾ ਹੁੰਦਾ ਜਾਂ ਮੈਂ ਕਲਤਾ ਵਿੱਚ ਹੁੰਦਾ, ਉਦੋਂ ਮੈਂ ਉਹ ਨੋਟ ਕਰ ਲੈਂਦਾ ਉਹਨੂੰ, ਬਾਅਦ ਵਿੱਚ ਫਿਰ ਮੈਂ ਲਿਖਦਾ। ਅਤੇ ਅੱਖਰ ਵਾਲਾ ਫੈਸਲਾ ਕਿੱਦਾਂ ਗਿਆ? ਅੱਖਰ ਵਾਲਾ ਜਿਹੜਾ ਸੀਗਾ ਫੈਸਲਾ, ਉਹ ਜਦੋਂ ਇਹਦੇ ਵਿੱਚ ਸਾਨੂੰ ਕਈ ਸਮੱਸਿਆਵਾਂ ਵੀ ਆਈਆਂ, ਕਈ ਸਮੱਸਿਆਵਾਂ ਆਉਣਗੀਆਂ ਵੀ। ਇਹ ਕੋਈ ਕੰਮ ਐਡਾ ਸੁਖਾਲਾ ਨਹੀਂ ਸੀ ਵੀ ਜਿਹੜਾ ਅਸੀਂ ਇੱਕ ਮੈਗਜ਼ੀਨ ਨੂੰ ਦੁਬਾਰਾ ਤੋਂ ਜਿਹੜਾ ਸ਼ੁਰੂ ਕਰਨਾ। ਚਲੋ ਫਿਰ ਵੀ ਮੈਂ ਇਹੋ ਸੋਚਿਆ ਸੀ ਵੀ ਅਸੀਂ ਅੱਖਰ ਨੂੰ ਦੁਬਾਰਾ ਰਿਵਾਈਜ਼ ਕਰਨਾ। ਉਹਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਹੈਗੀ ਇਹਦਾ ਅੱਖਰ ਦੇ ਨਾਲ ਜਿਹੜਾ ਹੈਗਾ ਵੀ ਸਾਡਾ, ਜਾਂ ਤੁਸੀਂ ਫੈਮਿਲੀ ਰਿਲੇਸ਼ਨ ਕਹਿ ਲਓ, ਜਾਂ ਅਸੀਂ ਅਰਸ਼ ਹੁਣੇ ਵੀ ਜਾਣਦੇ ਹੋਣਗੇ ਵੀ ਅਸੀਂ ਕਿਵੇਂ ਜੁੜੇ ਹੋਵਾਂ, ਜਾਂ ਡਾਕਟਰ ਕਰਨੈਲ ਸ਼ੇਰਗਿੱਲ ਜਿਹੜੇ ਮੇਰੇ ਚਾਚਾ ਜੀ ਇਸ ਟਾਈਮ ਉਹ ਇੰਗਲੈਂਡ ਹੈਗੇ ਆ, ਉਹਨਾਂ ਨੇ 71 ਜਾਂ 72, ਮੈਨੂੰ ਐਗਜੈਕਟ ਨਹੀਂ ਯਾਦ, ਪ੍ਰੀਤ ਨਗਰ ਤੋਂ, ਯਾਨੀ ਕਿ ਡਾਕਟਰ ਰਵਿੰਦਰ ਬਟਾਲੇ ਵਾਲੇ, ਡਾਕਟਰ ਕਰਨੈਲ ਸ਼ੇਰਗਿੱਲ, ਕਹਾਣੀਕਾਰ ਉੱਥੇ ਜਿਹੜੇ ਹੁੰਦੇ ਸੀ, ਕੀ ਉਹਨਾਂ ਦਾ ਨਾਂ ਹੈਗਾ ਸੀ ਆਪਣੇ, ਮੁਖਤਾਰ ਗਿੱਲ, ਉਹਨਾਂ ਨੇ ਉਦੋਂ ਪਹਿਲਾਂ ਜਦੋਂ ਫਿਰ ਉੱਥੋਂ ਮੈਗਜ਼ੀਨ ਇਹੋ ਸਟਾਰਟ ਕੀਤਾ ਸੀ ਜੀ। ਇਹ ਸਾਰੇ ਜਿਹੜੇ ਸੀਗੇ ਉਦੋਂ ਡਾਕਟਰ ਹਜੇ ਫਾਈਨਲ ਈਅਰ ਦੇ ਵਿੱਚ ਸੀਗੇ, ਡਾਕਟਰ ਰਵਿੰਦਰ ਅਤੇ ਡਾਕਟਰ ਕਰਨੈਲ, ਇਹਨਾਂ ਨੇ ਪਰਮਿੰਦਰ ਜੀਤ ਨੂੰ ਕਿਹਾ ਵੀ ਤੁਸੀਂ ਇਹਦੀ ਸੰਪਾਦਨਾ ਕਰੋ ਅਤੇ ਇਹ ਤੁਸੀਂ ਮੈਗਜ਼ੀਨ ਜਿਹੜਾ ਅੱਗੇ ਚਲਾਓ। ਮੈਂ ਆਪਣੀ ਪਹਿਲੀ ਕਵਿਤਾ ਜਿਹੜੀ ਹੈਗੀ ਆ ਜੀ, ਜੇ ਤਾਂ ਸਪੈਸ਼ਲ ਲਿਖਿਆ ਜਾਵੇ ਤਾਂ ਮੈਂ ਆਪਣੇ ਚਾਚਾ ਜੀ ਦੀ ਡੈਥ ਤੋਂ ਬਾਅਦ ਲਿਖੀਆਂ ਸੀਗੀਆਂ, ਲਿਖੀਆਂ ਪਹਿਲਾਂ ਵੀ ਛਪੀਆਂ ਬਾਅਦ ਵਿੱਚ, ਉਹ ਸੀਗੀ ਵੀ ਇੱਦਾਂ, ਉਹ ਹਰ ਕੋਈ ਲਿਖ ਲੈਂਦਾ ਵੀ ਤੇਰੇ ਤੁਰ ਜਾਣ ਤੋਂ ਬਾਅਦ ਸੀਗੀ ਕੁਛ ਇੱਦਾਂ ਦੀਆਂ ਜਿਹੜੀਆਂ, ਵੀ ਜਿਹੜੇ ਕੋਈ ਘਰ ਦਾ ਮੈਂਬਰ ਚਲੇ ਜਾਂਦਾ ਉਹ ਲਿਖਦੇ। ਅੱਛਾ, ਨਾਲ ਹੀ ਹੈ ਇਹਦੇ ਆ ਜਿੱਦਾਂ ਜਿਵੇਂ ਕਿ ਸਾਰਿਆਂ ਨਾਲ ਹੀ ਹੁੰਦਾ ਵਾ, ਹੋ ਹੀ ਜਾਂਦਾ ਉਸ ਕੰਮ ਵਧੀਆ, ਤੁਹਾਡੀ ਵੀ ਕਿਤਾਬ ਸਾਰੀ ਪੜ੍ਹੀ ਹੈ ਅਤੇ ਮਤਲਬ ਡਾਕਟਰ ਦਾ ਕਿੱਤਾ ਜਾਂ ਉਹ ਤੋਂ ਬਾਅਦ ਦੀ ਗੱਲ ਹੈ, ਉਹ ਪਲ ਸਾਂਝਾ ਸਾਡੇ ਨਾਲ ਕਰਨਾ ਚਾਹੋਗੇ? ਮਤਲਬ ਜਿੱਦਾਂ ਕਿ ਮਤਲਬ ਲੱਗਾ ਹੋਵੇ ਕਿ ਕੋਈ ਆ ਕੇ ਚਲਾ ਕੋਈ ਗਿਆ ਜਾਂ ਹੋਣਾ ਚਾਹੀਦਾ ਸੀਗਾ ਉਹਦੇ ਨਾਲ? ਨਹੀਂ, ਅਜਿਹਾ ਜਿਹੜਾ ਹੈਗਾ ਮੇਰੀ ਲਾਈਫ ਦੇ ਵਿੱਚ ਕੋਈ ਇਹੀ ਜਿਹੀ ਚੀਜ਼ ਨਹੀਂ ਆਈ ਵੀ ਕੋਈ ਆ ਕੇ ਚਲੀ ਗਈ ਹੋਵੇ ਜਾਂ ਚਲਾ ਗਿਆ ਹੋਵੇ ਜਾਂ ਆਉਣ ਵਾਲਾ ਹੋਵੇ। ਠੀਕ ਹੈ ਜੀ, ਮੈਂ ਜਿਹੜੀ ਆਪਣੀ ਕਿਤਾਬ ਸੀ ਆਪਣੀ ਵਾਈਫ ਡਾਕਟਰ ਮਨਾਕਸ਼ੀ ਨੂੰ ਸਮਰਪਿਤ ਕੀਤੀ, ਡਾਕਟਰ ਕਰਨੈਲ ਹੋਰਾਂ, ਡਾਕਟਰ ਕੁਲਵੰਤ ਹੋਰਾਂ ਦੇ ਜਾਣ ਤੋਂ ਬਾਅਦ ਉਹ ਇੱਕ ਕਵਿਤਾ ਲਿਖੀ ਸੀ। ਨਹੀਂ ਹੋਇਆ ਤਾਂ ਜੀ ਬਾਅਦ ਵਿੱਚ ਹੀ ਆ, ਪਰ ਮੇਰੀ ਹੈਗੀ ਲਵ ਕਮ ਅਰੇਂਜ ਮੈਰਿਜ ਕਹਿ ਲਓ,
ਠੀਕ ਹੈ ਜੀ। ਮੈਂ ਪਟਿਆਲੇ, ਅਸੀਂ ਪਟਿਆਲੇ ਮੈਂ ਗਿਆ ਸੀ, ਡਾਕਟਰ ਸਾਹਿਬ ਉੱਥੇ ਐਮ ਡੀ ਕਰਦੇ ਹੁੰਦੇ ਸੀ ਗਾਇਨ ਦੀ, ਮੇਰੇ ਫਰੈਂਡ ਹੁੰਦੇ ਸੀ ਉੱਥੇ, ਉਹ ਐਨ ਐਸ ਸੀ ਜੀ ਐਚ ਕਰਦੇ ਹੁੰਦੇ ਸੀਗੇ ਐਮ ਡੀ, ਉਹਨਾਂ ਨੇ ਕਿਹਾ ਵੀ ਇੱਦਾਂ ਡਾਕਟਰ ਸਾਹਿਬ ਆ ਜਾਓ ਦੇਖ ਲਓ ਇੱਕ ਵਾਰੀ। ਅਸੀਂ ਵੀ ਉੱਥੇ ਗਏ, ਮੁਲਾਕਾਤ ਹੋਈ, ਫਿਰ ਪੇਰੈਂਟਸ ਨਾਲ ਗੱਲ ਕੀਤੀ ਅਸੀਂ, ਉਹਦੇ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਸਾਨੂੰ ਠੀਕ ਕਰ ਦਿੰਦੇ ਸਨ। ਜਿਹੜਾ ਸਵਾਲ ਹੈਗਾ ਬਈ ਕੀ ਉਹ ਸ਼ਿੱਦਤ ਜਿਹੜੀ ਆ ਉਹ ਹਜੇ ਤੱਕ ਵੀ, ਮੈਂ ਇੱਥੇ ਆ ਕੇ ਵੀ ਫੋਨ ਕੀਤਾ, ਮੈਂ ਵਟਸਐਪ 'ਤੇ ਵੀ ਮੈਸੇਜ ਪਾਇਆ ਵੀ ਜੇ ਤੁਸੀਂ ਨਾਲ ਆ ਜਾਂਦੇ ਤਾਂ ਚੰਗਾ ਹੁੰਦਾ, ਆਈ ਰੀਅਲੀ ਮਿਸ ਯੂ। ਖੁਸ਼ ਕਰਨ ਵਾਲੀ ਸਾਡੇ ਉਹ ਜਿਹੜਾ ਹੈਗਾ, ਚਲੋ ਤੁਸੀਂ ਖੁਸ਼ ਕਰਨ ਵਾਲੀ ਗੱਲ ਸਮਝ ਲਓ ਵੀ ਦੋ ਰਾਤਾਂ ਲਈ ਅਸੀਂ ਬਾਹਰ ਆਏ ਹਾਂ। ਅਤੇ ਅਵਤਾਰ ਜੀਤ ਉਹਨਾਂ ਦਾ ਕੀ ਸੀਗਾ, ਮੇਰਾ ਤਾਂ ਇਹ ਆ ਮਤਲਬ ਵੀ ਇਹ ਕਵਿਤਾ ਲਿਖਣ ਲਈ ਪਿਆਰ ਕਰਨਾ ਕੋਈ ਜ਼ਰੂਰੀ ਗੱਲ ਨਹੀਂ ਹੈਗੀ। ਹਾਂਜੀ ਸਰ, ਸਾਡੇ 'ਚ ਕੋਈ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੈ, ਪਰ ਹੋ ਸਕਦਾ ਵੀ ਮੇਰੇ ਸੋਚਣ ਦਾ ਨਜ਼ਰੀਆ ਹੋਰ ਹੋਵੇ ਜਾਂ ਮੈਂ ਜਿਹੜਾ, ਚਲੋ ਏਦਾਂ ਸਮਝ ਲੈਂਦੇ ਕਿਉਂਕਿ ਜਿਹੜੀ ਮੇਰੀ ਕਵਿਤਾ ਜਾਂ ਮੇਰੀ ਕਿਰਿਆਸ਼ੀਲਤਾ ਜਾਂ ਇਸ ਸਾਹਿਤਕ ਪੱਖੋਂ ਮੈਂ ਕੋਈ ਵੀ ਚੀਜ਼ ਸਿਰਜਣੀ ਆ, ਮੈਨੂੰ ਨਹੀਂ ਲੱਗਦਾ ਵੀ ਅੱਖਰ ਮੈਗਜ਼ੀਨ ਦੇ ਬੋਰਡ ਦੇ ਮੈਂਬਰ ਹੁੰਦੇ ਹੋਏ ਜਾਂ ਟੀਮ ਮੈਂਬਰ ਹੁੰਦੇ ਹੋਏ ਮੇਰੀ ਉਸ ਪ੍ਰਕਿਰਿਆ ਵੱਲ ਕੋਈ ਅਸਰ ਪਏਗਾ, ਕਿਉਂਕਿ ਉਹ ਵੀ ਹੀ ਲਿਟਰੇਰੀ ਮੈਗਜ਼ੀਨ ਆ, ਅਸੀਂ ਉਹਦੇ ਤੋਂ ਹੀ ਸਿੱਖਿਆ ਸੀ ਵੀ ਕਿਸ ਤਰ੍ਹਾਂ ਅਸੀਂ ਲਿਖਣਾ, ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਬਹੁਤਾ ਅਸਰ ਕੋਈ ਉਹਦਾ ਮੇਰੇ 'ਤੇ ਹੋਏਗਾ। ਹਾਂ ਇਹ ਆ ਵੀ ਟਾਈਮ ਥੋੜ੍ਹਾ ਘੱਟ ਜਾਏਗਾ। ਹਾਂਜੀ ਹਾਂਜੀ ਬਿਲਕੁਲ 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 ਹਾਂਜੀ, ਅਤੇ ਇਹ ਮੈਂ ਕੋਈ ਨਵਾਂ ਨਹੀਂ ਇਹੋ ਆਪਾਂ ਜਿਹੜਾ ਹੈਗਾ ਸ਼ੁਰੂ ਕੀਤਾ, ਹੁਣ ਸਿਸਟਮ ਜਿਹੜਾ ਹੈਗਾ ਫਿਰ ਇਹ, ਹੁਣ ਤੁਹਾਡਾ ਸਵਾਲ ਸੀ ਵੀ ਇੱਕ ਚਲੋ ਵੀ ਕਿਉਂ ਕੱਢਣ ਦੀ ਲੋੜ ਪਈ, ਅਸੀਂ ਚਾਹੁੰਦੇ ਸੀ ਵੀ ਅੱਖਰ ਮੈਗਜ਼ੀਨ ਜਿਹੜਾ ਕੰਟੀਨਿਊ ਹੁੰਦਾ ਰਹੇ, ਵੀ ਸਾਲ ਸਾਨੂੰ ਹੋ ਗਿਆ ਇਹਦੇ ਵਿੱਚ, ਮੈਨੂੰ ਪ੍ਰੋਬਲਮਸ ਵੀ ਆਈਆਂ ਥੋੜ੍ਹੀਆਂ, ਫਿਰ ਮੈਂ ਅੰਮ੍ਰਿਤਸਰ ਰਾਈਟਰਸ ਦੇ ਨਾਲ ਕਾਫੀਆਂ ਨਾਲ ਗੱਲ ਕੀਤੀ ਵੀ ਕੀ ਇਹ ਮੈਗਜ਼ੀਨ ਕੱਢ ਲਈਏ, ਉਹ ਹਰ ਇੱਕ ਨੇ ਕਹਿਣਾ ਵੀ ਡਾਕਟਰ ਸਾਹਿਬ ਤੁਸੀਂ ਸੰਪਾਦਕੀ ਕੌਣ ਕਰੇਗਾ, ਇਹ ਕੌਣ ਕਰੇਗਾ, ਫਿਰ ਮੈਂ ਇੱਕ ਸਾਲ ਚੁੱਪ ਰਿਹਾ ਜੀ, ਮੈਂ ਕਿਸੇ ਨਾਲ ਨਹੀਂ ਕਿਹਾ ਵੀ ਕੱਢਣਾ ਕਿ ਨਹੀਂ ਕੱਢਣਾ। ਵੈਸੇ ਮੇਰੀ ਗੁਫ਼ਤਗੂ ਜਿਹੜੀ ਆ ਮੈਂ ਵਿਸ਼ਾਲ ਨੂੰ, ਮੇਰਾ ਖਿਆਲ ਆ ਵੀ ਇਸ ਸਾਲ ਦੇ ਦੌਰਾਨ ਤੁਸੀਂ ਇਹ ਜਦੋਂ ਆਉਣਗੇ ਇਹਨਾਂ ਨੂੰ ਪੁੱਛ ਸਕਦੇ ਹਾਂ ਵੀ ਮੈਂ ਕਿੰਨੇ ਕੁ ਫੋਨ ਕੀਤੇ, ਵਿਸ਼ਾਲ ਦਾ ਸੀਗਾ ਵੀ ਕੋਈ ਹੋਰ ਮੈਗਜ਼ੀਨ ਕੱਢੀਏ, ਪਰ ਮੈਂ ਵਿਸ਼ਾਲ ਨੂੰ ਕਿਹਾ ਵੀ ਜੇ ਅਸੀਂ ਕੰਮ ਹੀ ਕਰਨਾ ਅਤੇ ਅਸੀਂ ਅੱਖਰ ਮੈਗਜ਼ੀਨ 'ਤੇ ਕਿਉਂ ਨਾ ਕਰ ਦਈਏ, ਵੀ ਇਹਨੂੰ ਆਪਾਂ ਕਿਉਂ ਨਾ ਇੱਕ ਲਿਟਰੇਰੀ ਮੈਗਜ਼ੀਨ ਉਹਨੂੰ ਜਿੰਦਾ ਰਹੀਏ। ਤੁਹਾਡਾ ਬਹੁਤ
ਵਧੀਆ ਉਪਰਾਲਾ ਜੀ ਇਹਦੇ ਨਾਲ ਪਰਮਿੰਦਰ ਜੀਤ ਦੀ ਕਵਿਤਾ ਉਹਦਾ ਉਦਮ ਉਹਦੀ ਜਿਹੜੀ ਸ਼ਖਸੀਅਤ ਹੈ ਨਾ ਉਹ ਯਾਦਗਾਰੀ ਹੋ ਗਈ ਆ ਔਰ ਉਹਨੂੰ ਜਿਹੜੀ ਕਹਿ ਲਓ ਕਿ ਸਾਡਾ ਅਕੀਦਾ ਆਇਆ ਸਾਡੀ ਮੁਹੱਬਤ ਆ ਉਹਦੇ ਲਈ ਮੈਨੂੰ ਵੀ ਉਹਦੀ ਕਵਿਤਾ ਬਹੁਤ ਵਧੀਆ ਬੜੀ ਖੂਬਸੂਰਤ ਕਵਿਤਾ ਲਿਖਦਾ ਸੀ ਉਹ ਇਨਸਾਨ ਸੋ ਇਹ ਤੁਹਾਡੇ ਵੱਲੋਂ ਤੁਹਾਡਾ ਬਹੁਤ ਵਧੀਆ ਉਪਰਾਲਾ ਆ ਅੱਖਰ ਦੀ ਸਾਰੀ ਸੰਪਾਦਕੀ ਟੀਮ ਨੂੰ ਸਾਡੇ ਵੱਲੋਂ ਬਹੁਤ ਮੁਬਾਰਕਾਂ ਔਰ ਪਰਮਾਤਮਾ ਇਸੇ ਤਰ੍ਹਾਂ ਹੀ ਉਹ ਰੱਖੇ ਕਿ ਤੁਸੀਂ ਦੋ ਬੁੱਕਸ ਜਿਹੜੀਆਂ ਹੈਗੀਆਂ ਉਹ ਪ੍ਰੈਸ ਵਿੱਚ ਹੈਗੀਆਂ ਮੇਰੀਆਂ, ਇੱਕ ਤੰਦਰੁਸਤ ਔਰਤ ਅਤੇ ਸਿਹਤਮੰਦ ਬੱਚਾ, ਇੱਕ ਬੱਚੇ ਦੀ ਖੁਰਾਕ ਅਤੇ ਉਸਦਾ ਪੱਲਰਨਾ। ਇਹ ਦੋ ਜਿਹੜੀਆਂ ਕਿਤਾਬਾਂ ਮੈਂ ਡਾਕਟਰੀ ਵਿਸ਼ੇ ਦੇ ਉੱਤੇ ਲਿਖੀਆਂ ਪੰਜਾਬੀ ਦੇ ਵਿੱਚ, ਉਹਦੇ ਵਿੱਚ ਜਿਹੜੀਆਂ ਤਕਲੀਫ ਲੋਕਾਂ ਦੀ ਤਕਲੀਫ ਵੀ ਬਹੁਤ ਦੇਖਦੇ ਹੋਵੋਗੇ ਤੁਸੀਂ, ਗਰੀਬ ਕੋਈ ਬੰਦਾ ਜਿਹੜਾ ਉਹ ਨਹੀਂ ਇਲਾਜ ਕਰਾ ਸਕਦਾ ਉਹਨੂੰ ਵੀ ਦੇਖਦੇ ਹੋਵੋਗੇ, ਇੱਦਾਂ ਦੇ ਵਿਸ਼ੇ ਪੰਜਾਬੀ ਪੋਇਟਰੀ ਵਿੱਚ ਘੱਟ ਆਏ ਨੇ ਅਤੇ ਚਲੋ ਮੈਂ ਤੁਹਾਡਾ ਜਿਹੜਾ ਇਹ ਸੁਝਾਅ ਮੰਨਦਾ ਹੋਇਆ ਕੋਸ਼ਿਸ਼ ਕਰਾਂਗਾ ਵੀ ਇਹਨਾਂ ਵਿਸ਼ਿਆਂ 'ਤੇ ਵੀ ਲਿਖਿਆ ਜਾਵੇ। ਨਜ਼ਮ ਹੈ ਜੀ ਕੌਣ ਹੈ, ਕੌਣ ਹੈ ਇਹਦੇ ਵਿੱਚ ਪਿਆਰ ਵੀ ਆ ਸਾਰਾ ਕੁਛ ਆ, ਅਤੇ ਕੌਣ ਹੈ ਛੇੜ ਗਿਆ ਸੰਵਾਦ ਸ਼ਾਮ ਢਲੇ ਮੇਰੇ ਨਾਲ, ਕੌਣ ਹੈ ਛੇੜ ਗਿਆ ਸੰਵਾਦ ਸ਼ਾਮ ਢਲੇ ਮੇਰੇ ਨਾਲ, ਫੈਲ ਗਿਆ ਖੁਸ਼ਬੂ ਬਣ ਫੈਲ ਗਿਆ ਖੁਸ਼ਬੂ ਬਣ, ਰੁਮਕਦੀਆਂ ਪੌਣਾ 'ਚ ਸੁਣ ਰਿਹਾ ਜਿਸ ਨੂੰ ਬਹੁਤ ਹੀ ਨਜ਼ਦੀਕ ਤੋਂ ਹਨੇਰਾ ਹੋਣ ਤੱਕ, ਕੌਣ ਹੈ ਉਤਰ ਗਿਆ ਹਰਫ ਬਣ ਮੇਰੀਆਂ ਲਿਖਤਾਂ 'ਚ, ਚਮਕ ਗਈਆਂ ਮੇਰੀਆਂ ਲਿਖਤਾਂ ਮੋਤੀਆਂ ਵਾਂਗ, ਉਭਾਰ ਗਿਆ ਪ੍ਰਤੀਬਿੰਬ ਸਿਰਜ ਗਿਆ ਰੂਪ ਨਵਾਂ, ਕੌਣ ਹੈ ਮੈਂ ਇੱਥੇ ਹੀ। ਬਹੁਤ ਅੱਛਾ ਜੀ, ਬਹੁਤ ਅੱਛਾ।